ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਵਿੰਦਰ ਸਿੰਘ ਹੋਪ ਇਮੀਗ੍ਰੇਸ਼ਨ ਸਰਵਿਸ ਤੋਂ। ਅੱਜ ਦੋ ਕੁ ਗੱਲਾਂ ਕਰਨੀਆਂ ਨੇ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਨੇ ਅੱਜ ਦੇ ਵਾਤਾਵਰਨ ਦੇ ਵਿੱਚ। ਇੱਕ ਤਾਂ ਹੈਗਾ ਕਿ ਫਰੋਡੂਲੈਂਟ ਡਾਕੂਮੈਂਟਸ ਦੀ ਗੱਲ ਕਰੀਏ। ਕਈ ਵਾਰੀ ਅਸੀਂ ਦੇਖਿਆ ਕਿ ਬੱਚੇ ਗਲਤ ਡਾਕੂਮੈਂਟਸ, ਗਲਤ ਰੈਫਰੈਂਸ ਲੈਟਰ, ਫੇਕ ਡਾਕੂਮੈਂਟਸ ਦੇ ਦਿੰਦੇ ਨੇ ਡਿਫਰੈਂਟ ਵੀਜ਼ਾਸ ਨੂੰ ਲੌਂਚ ਕਰਦੇ ਹੋਏ। ਸੋ ਇਹ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਹੋ ਸਕਦਾ ਤੁਹਾਡੀ ਉਹਨਾਂ ਡਾਕੂਮੈਂਟਸ ਦੇ ਬੇਸਿਸ 'ਤੇ ਜਾਂ ਉਹਨਾਂ ਨੂੰ ਯੂਜ਼ ਕਰਕੇ PR ਆ ਜਾਵੇ, ਪਰ PR ਬਾਅਦ ਵਿੱਚ ਕੈਂਸਲ ਵੀ ਹੋ ਸਕਦੀ ਹੈ ਜੇ ਡਿਪਾਰਟਮੈਂਟ ਆਫਟਰ ਦਾ ਫੈਕਟ, PR ਤੋਂ ਬਾਅਦ ਵੀ ਕਈ ਵਾਰੀ ਉਹਨਾਂ ਦੇ ਰੈਫਰੈਂਸ ਚੈੱਕਸ ਚੱਲਦੇ ਰਹਿੰਦੇ ਨੇ, ਕਈ ਵਾਰੀ ਆਡਿਟਸ ਹੁੰਦੇ ਰਹਿੰਦੇ ਨੇ। ਸੋ ਜੇ ਉਸ ਤੋਂ ਬਾਅਦ ਵੀ ਡਿਪਾਰਟਮੈਂਟ ਨੂੰ ਇਹ ਪਤਾ ਲੱਗ ਜਾਵੇ ਕਿ ਜਿਹੜਾ ਡਾਕੂਮੈਂਟਸ ਤੁਸੀਂ ਕੋਈ ਸਬਮਿਟ ਕੀਤਾ ਸੀ ਕਿਸੇ ਵੀਜ਼ਾ ਐਪਲੀਕੇਸ਼ਨ ਨਾਲ, ਉਹ ਫਰੋਜਲੈਂਟ ਸੀਗਾ, ਫੇਕ ਸੀਗਾ, ਤਾਂ ਉਹ ਤੁਹਾਡੀ PR ਕੈਂਸਲ ਕਰ ਸਕਦੇ ਨੇ। ਸੋ ਕਾਹਲੀ ਵਿੱਚ ਕਦੇ ਵੀ ਕੋਈ ਫੇਕ ਡਾਕੂਮੈਂਟ, ਕੋਈ ਗਲਤ ਰੈਫਰੈਂਸ ਲੈਟਰ ਨਾ ਦਿਆ ਕਰੋ। ਜੇ ਸਾਡੇ ਭਾਈਚਾਰੇ 'ਚੋਂ ਮਾਈਗ੍ਰੇਸ਼ਨ ਏਜੰਟ ਕੋਈ ਤੁਹਾਨੂੰ ਇਹ ਐਡਵਾਈਸ ਦਿੰਦਾ ਹੈ ਤਾਂ ਆਈ ਥਿੰਕ ਬਹੁਤ ਘੱਟ ਹੋਣਗੇ ਜਿਹੜੇ ਇਹੋ ਜਿਹੀ ਗੱਲ ਕਹਿਣਗੇ। ਜੇ ਕੋਈ ਕਹਿੰਦਾ ਤਾਂ ਉਹਦੀ ਗੱਲ ਨਾ ਸੁਣੋ, ਕਿਉਂਕਿ ਇਹ ਤੁਹਾਡੇ ਭਵਿੱਖ ਦਾ ਸਵਾਲ ਹੈ। PR ਲੈਣ ਲੱਗਿਆਂ ਕਈ ਵਾਰੀ 5-7-8 ਸਾਲ ਲੱਗ ਜਾਂਦੇ ਨੇ, ਅਤੇ ਇੱਕ ਛੋਟੀ ਜਿਹੀ ਗਲਤੀ ਜਿਹੜੀ ਹੈ ਤੁਹਾਨੂੰ ਬਹੁਤ ਹੀ ਕੋਸਟਲੀ ਪੈ ਸਕਦੀ ਹੈ। ਇੱਕ ਤਾਂ ਇਹ ਸੀਗਾ। ਦੂਜਾ ਹੈਗਾ ਕਿ ਕਈ ਵਾਰੀ ਅਸੀਂ ਦੋ ਵੀਜ਼ਾ ਐਪਲੀਕੇਸ਼ਨ ਲਾਈ ਹੁੰਦੀਆਂ। ਫੋਰ ਐਗਜ਼ਾਮਪਲ, ਵੀ ਤੁਸੀਂ ਇੱਕ ਤਾਂ ਸਟੂਡੈਂਟ ਵੀਜ਼ਾ ਲੌਂਚ ਕੀਤਾ ਹੋਇਆ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਜਾਵੇ ਇੱਥੇ ਰਹਿਣ ਦੀ, ਅੱਗੇ ਸਟੱਡੀ ਕਰਨ ਦੀ, ਪਰ ਦੂਜੇ ਪਾਸੇ ਤੁਹਾਡਾ 190 ਦਾ ਇਨਵੀਟੇਸ਼ਨ ਆ ਗਿਆ ਸੀ ਐਂਡ ਤੁਸੀਂ ਉਹਦੀ ਐਪ ਵੀਜ਼ਾ ਐਪਲੀਕੇਸ਼ਨ ਲਾ ਦਿੱਤੀ। ਸੋ ਕਈ ਵਾਰੀ PR ਪਹਿਲਾਂ ਆ ਗਈ ਅਤੇ ਤੁਸੀਂ ਆਪਣਾ ਜਿਹੜਾ ਦੂਸਰੀ ਵੀਜ਼ਾ ਐਪਲੀਕੇਸ਼ਨ ਸੀ, ਇਨ ਦਿਸ ਕੇਸ ਸਟੂਡੈਂਟ ਵੀਜ਼ਾ ਐਪਲੀਕੇਸ਼ਨ, ਉਹਨੂੰ ਵਿਦਡਰਾਅ ਨਹੀਂ ਕੀਤਾ। ਜੇਕਰ ਉਹਨੂੰ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਜਾਂਦਾ ਤਾਂ ਇਟ ਵਿਲ ਟੇਕ ਓਵਰ ਪਰਮਾਨੈਂਟ ਰੈਜੀਡੈਂਟ ਵੀਜ਼ਾ ਜਿਹੜਾ ਤੁਹਾਡਾ ਗ੍ਰਾਂਟ ਹੋਇਆ ਸੀ। ਸੋ ਯੂ ਵਿਲ ਬੀ ਬੈਕ ਔਨ ਸਟੂਡੈਂਟ ਵੀਜ਼ਾ। ਇਟਸ ਅ ਵੈਰੀ ਡੇਂਜਰਸ ਕਾਇੰਡ ਆਫ ਥਿੰਗ। ਸੋ ਬਹੁਤ ਖਿਆਲ ਰੱਖੋ, ਕਈ ਵਾਰੀ ਤੁਸੀਂ ਡਿਫਰੈਂਟ ਏਜੰਟਸ ਨੂੰ ਯੂਜ਼ ਕਰਦੇ ਹੋ। ਤੁਸੀਂ ਸਟੂਡੈਂਟ ਵੀਜ਼ਾ ਹੋ ਸਕਦਾ ਕਿਸੇ ਹੋਰ ਏਜੰਟ ਤੋਂ ਲਵਾਇਆ ਹੋਵੇ ਅਤੇ 190 ਕਿਸੇ ਹੋਰ ਤੋਂ ਲਵਾਇਆ ਹੋਵੇ। 190 ਵਾਲੇ ਨੂੰ ਇਹ ਨਹੀਂ ਪਤਾ ਕਿ ਕਿਤੇ ਸਟੂਡੈਂਟ ਵੀਜ਼ਾ ਲੌਂਚ ਹੋ ਚੁੱਕਿਆ ਹੈ। ਸੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਵੀ ਤੁਹਾਡੀ PR ਜਾਂ ਤੁਹਾਡਾ ਕੋਈ ਅਜਿਹਾ ਵੀਜ਼ਾ ਜਿਹੜਾ ਕਿ ਫੋਰ ਐਗਜ਼ਾਮਪਲ 482 ਵੀਜ਼ਾ ਹੀ ਹੈ, ਉਹ ਗ੍ਰਾਂਟ ਹੋ ਗਿਆ, ਉਸ ਤੋਂ ਬਾਅਦ ਕਿਤੇ ਸਟੂਡੈਂਟ ਵੀਜ਼ਾ ਲੌਂਚ ਕੀਤਾ ਸੀ, ਉਹ ਗ੍ਰਾਂਟ ਹੋ ਗਿਆ, ਦੈਨ ਇਟ ਵਿਲ ਟੇਕ ਓਵਰ 482 ਵੀਜ਼ਾ। ਸੋ ਅਜਿਹਾ ਸਰਕਮਸਟਾਂਸਿਸ ਵਿੱਚ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਜਿਹੜਾ ਵੀਜ਼ਾ ਨਹੀਂ ਚਾਹੁੰਦੇ ਉਹਨੂੰ ਵਿਦਡਰਾਅ ਕਰ ਲਓ ਇਸ ਐਪਲੀਕੇਸ਼ਨ। ਸੋ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਆਪ ਦੇਖੋ ਅਤੇ ਹੋਰ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ। ਅਤੇ ਜੇ ਅਜਿਹਾ ਕੋਈ ਹੋਰ ਕੁਐਸਚਨ ਹੈ ਤਾਂ ਯੂ ਕੈਨ ਆਲਵੇਜ਼ ਗਿਵ ਅਸ ਅ ਕਾਲ।